ਬਟਾਲਾ ਵਿੱਚ ਕਾਂਗਰਸੀ ਵਰਕਰ ਆਪਣੀ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਜਾਣਕਾਰੀ ਅਨੁਸਾਰ ਬਟਾਲਾ ਵਿੱਚ ਕਾਂਗਰਸੀਆਂ ਨੇ ਆਪਣੇ ਹੀ ਮੰਤਰੀ ਤੇ ਬਟਾਲਾ ਦਾ ਵਿਕਾਸ ਨਾ ਹੋਣ ਦੇ ਦੋਸ਼ ਲਗਾਏ ਨੇ, ਜਿਸ ਸੰਬੰਧੀ ਕਾਂਗਰਸੀਆਂ ਨੇ ਨਗਰ ਕੌਂਸਲ ਦੇ ਖਿਲਾਫ ਪ੍ਰਦਰਸ਼ਨ ਕਰ ਸੂਬਾ ਅਤੇ ਨਗਰ ਕੌਂਸਲ ਦੇ ਈਓ ਖਿਲਾਫ ਭੜਾਸ ਕੱਢੀ। ਪ੍ਰਦਰਸ਼ਨਕਾਰੀ ਨੇ ਆਖਿਆ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਵਰਕਰਾਂ ਨੂੰ ਬਿਨਾਂ ਵਜ੍ਹਾ ਹੀ ਪ੍ਰੇਸ਼ਾਨ ਕੀਤਾ ਗਿਆ ਅਤੇ ਹੁਣ ਆਪਣੀ ਸਰਕਾਰ ਹੋਣ ਦੇ ਬਾਵਜੂਦ ਵਰਕਰਾਂ ਦੀ ਨਹੀਂ ਸੁਣੀ ਜਾ ਰਹੀ ਹੈ। ਇਸ ਦੇ ਰੋਜ਼ ਵਜੋਂ ਮਜਬੂਰਨ ਇਹ ਧਰਨਾ ਦਿੱਤਾ ਗਿਆ।